ਬੈਕ ਅਗੇਨ ਵਿਦ ਅਨਦਰ ਬਲੌਗ ਮੀਰ ਗਾ ਤਾਂ ਠੀਕ ਜਗ੍ਹਾ ਨੂੰ ਠੀਕ ਰਹੇ ਆਪਣੇ ਘਰੇ ਹੋਣਗੇ ਤੇ ਬਾਪ ਜਿਹਦਾ ਦੇਖਿਆ ਪੁਰਾਣੇ ਬਲੌਗ 'ਚ ਬਾਪ ਸੋਚੀ ਤੇ ਆ ਚੁੱਕੇ ਹਾਂ ਬਾਪ ਬਹੁਤ ਔਖੇ ਤਰੀਕੇ ਨਾਲ ਆਏ ਹਾਂ ਅਤੇ ਕਿਉਂਕਿ ਬਾਸ ਹੋ ਗਈ ਸੱਚੀ ਯਾਰ ਅਤੇ ਲਾਗ ਕਹਿੰਦਾ ਰਾਜ ਕਿਤੇ ਰੁਕਣਾ ਨਹੀਂ ਆ ਸਿੱਧਾ ਹੁਣ ਪਜੀਕੋ ਗੱਡੀ ਚਾਹੀਦੀ ਆ ਪਜੀਕੋ ਹੁਣ ਪਜਾਵਾਂਗੇ ਕਿਉਂਕਿ ਸੱਚੀ ਬਸ ਹੋ ਗਈ ਅਤੇ ਜੇ ਆਉਣਾ ਤੁਸੀਂ ਆਪਣੇ ਹਿਸਾਬ ਨਾਲ ਜਾਇਓ ਤੁਸੀਂ ਹਿਸਾਬ ਕਿਤਾਬ ਨਾਲ ਆਪਣੇ ਹੈ ਨਾ ਘੰਟਾ ਲੱਗਦਾ ਘੰਟੇ ਨਾਲ ਜ਼ਿਆਦਾ ਜਾਣਾ ਤੁਰ ਕੇ ਜਾਣ ਅਤੇ ਫਿਰ ਤੁਰ ਕੇ ਉਹਨੂੰ ਵਾਪਸ ਆ ਜਾਂਦਾ ਕਿਉਂਕਿ ਮਿੱਟੀ ਵੀ ਜਿਹੜੀ ਹੈਗੀ ਆ ਪੁੱਲੀ ਆ ਉੱਥੇ ਜ਼ਿਆਦਾ ਤੁਹਾਡਾ ਜ਼ੋਰ ਲੱਗਦਾ ਜੀ ਉਹਨੂੰ ਤੁਰ ਕੇ ਆਉਣ ਜਾਣ ਨੂੰ ਹੁਣ ਅਤੇ ਫਿਰ ਅਸੀਂ ਹੁਣ ਬੰਦ ਸੀ ਅਤੇ ਹੁਣ ਗੱਡੀ ਚੱਕ ਕੇ ਵਾਪਸ ਚਲੀਏ ਅਤੇ ਹੁਣ ਸਿੱਧਾ ਪਜੀਕੋ ਜਾਂਦੇ ਉੱਥੇ ਨਾਲੇ ਮੇਲਾ ਚੱਲਦਾ ਪਿਆ ਇੱਕ ਤਰੀਕੇ ਤੋਂ ਸ਼ੁਰੂ ਹੋਇਆ ਸੀ ਅਤੇ ਲੱਗਦਾ ਸ਼ਨੀਵਾਰ ਜਾਂ ਐਤਵਾਰ ਖਤਮ ਹੋ ਜਾਣਾ ਮੇਲਾ ਲਾਸਟ ਦਿਨ ਚੱਲ ਰਹੇ ਆ ਅਤੇ ਇਸ ਕਰਕੇ ਹੁਣ ਸਿੱਧਾ ਪੈਪੂਰ ਸਾਹਿਬ ਕਰਕੇ ਗੱਡੀ 'ਚ ਬੈਠੀਏ ਅਤੇ ਫਿਰ ਤੁਹਾਨੂੰ ਉੱਥੇ ਗਏ ਮਿਲਦੇ ਹਾਂ ਤਾਂ ਪਜੀਕੋ ਪਹੁੰਚੋਗੇ ਪਜੀਕੋ ਪਹੁੰਚਦੇ ਸਾਨੂੰ ਬੰਦਾ ਮਿਲ ਚੁੱਕਿਆ ਭਿੰਦਾ ਅਤੇ ਨਾਲ ਦਮਨ ਅਤੇ ਦਮਨ ਵੀ ਆਇਆ ਸਾਰੇ ਘੁੰਮਦੇ ਫਿਰਦੇ ਹਾਂ ਜਿੱਥੇ ਦੁਕਾਨਾਂ 'ਤੇ ਅੱਗੇ ਜਾਂਦੇ ਸੀ ਉੱਥੇ ਦੁਕਾਨਾਂ 'ਤੇ ਵਾਰ ਵਾਰ ਜਾਂਦੇ ਪਏ ਹਾਂ ਪਹਿਲੀ ਦੁਕਾਨ 'ਤੇ ਆ ਚੁੱਕੇ ਹਾਂ ਅੰਕਲ ਹੈਣੀ ਆ ਅੰਕਲ ਦਾ ਮੁੰਡਾ ਪੁੱਛ ਲੈਂਦੇ ਹਾਂ ਨਹੀਂ ਸਾਨੂੰ ਪਛਾਣਿਆ ਨਹੀਂ ਭਾਅ ਜੀ ਨੇ ਹਲੇ ਭਾਈ ਦਾ ਮੁੰਡਾ ਹਲੇ ਚੱਲ ਯਾਰ ਬਹੁਤ ਹੋ ਗਈ ਹਾਂ ਚੇਤਾ ਉਹਦਾ ਮੇਰਾ ਚੇਤਾ ਯਾਰ ਮੈਂ ਇਹਨਾਂ ਦਾ ਨਾਲ ਹੁੰਦਾ ਸੀ ਸਪੋਰਟਰ ਜਦ ਮੈਂ ਦੱਸੀ ਆਪਾਂ 10 ਮਿੰਟ ਤੱਕ ਆ ਜਾਣਗੇ ਹੈ ਨਾ ਅੰਕਲ ਟਾਈਮ ਲੱਗਣਾ ਨਾ ਨਾ ਕੋਈ ਨਾ ਕੱਲ੍ਹ ਆ ਜਾਣਗੇ ਹਲੇ ਇੱਥੇ ਹੀ ਹਫ਼ਤਾ ਮੇਰਾ ਵੀਰ ਚੱਲ ਠੀਕ ਆ ਹਾਂ ਠੀਕ ਆ ਠੀਕ ਆ ਪਹਿਲੀ ਤੇ ਛਾਪੀ ਪੈ ਗਈ ਆ ਪਹਿਲੀ ਦੇਖੋਗੇ ਅੰਕਲ ਦਾ ਮੁੰਡਾ ਜੀ ਤਾਂ ਨਹੀਂ ਪਛਾਣਿਆ ਯਾਰ ਇੱਦਾਂ ਸਾਨੂੰ ਜਾਣ ਦੇ ਨਰਵਸ ਹੋ ਗਿਆ ਇਹ ਦੇਖਿਆ ਯਾਰ ਮੈਂ ਨਿੱਕਾ ਹੁੰਦਾ ਸੀ ਉਸ ਨਾਲ ਇੱਥੇ ਬਾਹਰ ਅੱਗੇ ਨਹੀਂ ਹੁੰਦੀ ਸੀ ਪਜੀਕੋ ਅੱਗੇ ਇੱਥੇ ਬਾਹਰ ਹੁਣ ਬਣ ਗਈ ਆ ਉਹ ਕਾਸਾ ਕਿੱਥੇ ਸਾਕਾ ਸਾਕਾ ਉੱਥੇ ਇਹ ਮੈਨੂੰ ਫੋਨ ਕਿਤੇ ਸੀ ਉਹਨੇ ਕਿ ਮੇਰਾ ਸਮਾਨ ਲੈ ਮੈਂ ਚਿੱਤਾ ਭੁੱਲ ਗਿਆ ਉਹ ਤਾਂ ਪਰ ਕਿਹੜਾ ਸਮਾਨ ਤੇਰਾ ਉਹਨੇ ਉਹਦਾ ਕਹਿੰਦਾ ਮੇਰਾ ਕਹਿੰਦਾ ਮੇਰਾ ਸਮਾਨ ਲੈ ਆਹੋ ਤੇ ਯਾਰ ਮੈਨੂੰ ਬਹੁਤ ਖੁਸ਼ੀ ਚੜ੍ਹਦੀ ਪਈ ਅੰਦਰੋਂ ਮੈਨੂੰ ਇੱਡਾ ਦਿਲ ਘਬਰਾਹਟ ਹੀ ਹੁੰਦੀ ਮੈਂ ਦੋ ਸਾਲ ਬਾਅਦ ਆਇਆ ਤੇਰੇ ਇੱਕ ਵਾਰੀ ਤੈਨੂੰ ਮਿਲਣ ਆਇਆ ਸੀ ਉਹ ਤੂੰ ਮਾੜੇ ਮਾੜੇ ਜਾ ਮੀਂਹ ਪੈਂਦਾ ਰਿਹਾ ਮੈਨੂੰ ਕੁਛ ਹੁੰਦਾ ਜਾਂਦਾ ਖੁਸ਼ੀ ਆ ਪਤਾ ਮੈਨੂੰ ਟੈਨਸ਼ਨ ਲਈ ਇੱਕ ਕੰਮ ਤੇ ਨਹੀਂ ਜਾਣਾ ਕੱਲ੍ਹ ਨੂੰ ਉਹ ਵੀ ਇੱਥੇ ਬੂਟ ਵਾਲੀ ਦੁਕਾਨ ਸੀ ਅੱਗੇ ਪਤਾ ਨਹੀਂ ਕਿੱਥੇ ਬੂਟਾਂ ਵਾਲੀ ਦੁਕਾਨ ਆ ਹੈ ਨਾ ਅਤੇ ਜਿਹੜੀ ਤੁਸੀਂ ਪੁਰਾਣੀ ਦੇਖੀ ਆ ਆਹੋ ਪਜੀਕੋ ਹਲੇ ਪਹੁੰਚੇ ਰਾਤ ਹੋਈ ਆ ਤਾਂ ਬਾਕੀ ਦਿਨੇ ਦਿਖਾਵਾਂਗੇ ਤੁਹਾਨੂੰ ਗੁਰੂ ਘਰ ਸਾਰਾ ਕੁਛ ਦਿਖਾਵਾਂਗੇ ਤੋਰੀ ਪਜੀਕੋ ਦਾ ਲਾਈਫ ਸਟਾਈਲ ਅਤੇ ਕੀ ਹਿਸਾਬ ਕਿਤਾਬ ਆ ਬਾਕੀ ਥੋੜ੍ਹਾ ਜਿਹਾ ਫਰੈਂਡਾਂ ਨੂੰ ਮਿਲ ਲਈਏ ਫਿਰ ਤੁਹਾਡੇ ਨਾਲ ਗੱਲ ਕਰਦੇ ਹਾਂ ਮੈਂ ਵੀ ਜਾਂ ਤਾਂ ਮੈਂ ਵੀ ਠੰਡਾ 'ਚ ਹੋ ਜਾਵਾਂ ਪਲੀਜ਼ ਇੱਥੇ ਆਇਆ ਕਰੋ ਇੱਥੇ ਲਾਗੇ ਸੋਰੀ ਸੋਰੀ ਕੀ ਕਹਿ ਹੋ ਗਿਆ ਅਤੇ ਜਿੰਨੇ ਵੀ ਲਿੱਕੋ ਵਾਲੇ ਬੰਦੇ ਆ ਪਲੀਜ਼ ਇੱਥੇ ਆਇਆ ਕਰੋ ਵਿਜ਼ਿਟ ਕਰਿਓ ਤੁਹਾਡੇ ਦੁਕਾਨ ਹਰੇਕ ਚੀਜ਼ ਮਿਲ ਜਾਂਦੀ ਇੱਥੇ ਸੁੱਖਾ ਇੱਥੇ ਤੁਹਾਨੂੰ ਜ਼ਰੂਰ ਮਿਲੂਗਾ ਹੈ ਨਾ ਕਿਉਂਕਿ ਬੈਂਤੀ ਕੁਆਦਰੋ ਹੋਰ ਇੱਥੇ ਤੇਰੀ ਆ ਬੈਂਤੀ ਉੱਚ ਇੱਥੇ ਤੇਰੀ ਆ ਅਤੇ ਇੱਥੇ ਆਊਗਾ ਤੁਹਾਡੇ ਕੋਲ ਨਾਲੇ ਘੁੰਮਦੇ ਫਿਰ ਜਾਂਦੇ ਦੁਕਾਨਾਂ ਹੋਰ ਵੀ ਬਾਰ ਬੂਰ ਸਪੈਨਿਸ਼ਾਂ 'ਤੇ ਵੀ ਜਾਣਾ ਉਹਨਾਂ ਦਾ ਵੀ ਹੱਥ ਮਿਲਾਉਣਾ ਆ ਉਹ ਵੀ ਤਰਸਦੇ ਪਏ ਕਿ ਦਿਓਲ ਕਿੱਥੇ ਗਿਆ ਦਿਓਲ ਕਿੱਥੇ ਗਿਆ ਉਹਨਾਂ ਨੇ ਵੀ ਮਿਲ ਲਈਏ ਅਤੇ ਅੱਗੇ ਜਾ ਕੇ ਮਿਲਦੇ ਹਾਂ ਮੈਂ ਥੋੜ੍ਹਾ ਨਰਵਸ ਹੋਇਆ ਪਿੰਡ ਆਇਆ ਆਪਣੇ ਫਿਰ ਵੀ ਮੈਨੂੰ ਗਰਮੀ ਹਾਂ ਪਿੰਡ 'ਤੇ ਖਾ ਜਾਣ ਲੱਗ ਪਈ ਮਾਰੀ ਬੋਤਲ ਦੂਜਾ ਹੋਣ ਲੱਗ ਪਿਆ ਨਾ ਕੀੜੀਆਂ 'ਚ ਲੜਨਾ ਪਈਆਂ ਹਾਂ ਅਤੇ ਮਿਲਦੇ ਹਾਂ ਬਾਕੀ ਸਾਡੇ ਦਿਖਾਉਂਦੇ ਹਾਂ ਤੁਹਾਨੂੰ ਨਾਲ ਨਾਲ ਮੇਲਾ ਵੀ ਦਿਖਾਉਂਦੇ ਹਾਂ ਮਿਲ ਜਾਣਾ ਤੂੰ ਜਾਣਾ ਅਤੇ ਕੋਈ ਨਾ ਮੇਲਾ ਬਹੁਤ ਘੈਂਟ ਆ ਯਾਰ ਬਹੁਤ ਵਧੀਆ ਮੇਲਾ ਹੁੰਦਾ ਤੋਰੀ ਪਚੀਕੋ ਦਾ ਕੱਲ੍ਹ ਨਾਲੇ ਦਿਖਾਉਂਦੇ ਨਾ ਕੱਲ੍ਹ ਨਾਲੇ ਵੀਕਐਂਡ ਅਤੇ ਮਿਲਦੇ ਹਾਂ ਤੁਹਾਨੂੰ ਅੱਗੇ ਪਿੰਡ ਸੜਕਾਂ ਦੇ ਨਾਲ ਦਮਨ ਗੱਡੀ ਪਾਰਕਿੰਗ ਲਾਤੀਆਂ ਸੜਕਾਂ 'ਤੇ ਘੁੰਮਦੇ ਫਿਰਦੇ ਦਿਨ ਆਪਣੇ ਚੇਤੇ ਕਰਦੇ ਮੈਂ ਪੁਰਾਣੇ ਮੇਰਾ ਆਪਣਾ ਘਰ ਵੀ ਦੇਖਿਆ ਪੁਰਾਣਾ ਤੁਹਾਨੂੰ ਤੁਸੀਂ ਇੱਧਰ ਨੂੰ ਆ ਗਿਆ ਉੱਧਰ ਚਲ ਗਏ ਘਰ ਦੇਖਿਆ ਪੁਰਾਣਾ ਕੀ ਹਾਂ ਵੀ ਇੱਥੇ ਰਹਿੰਦੇ ਰਹੇ ਹਾਂ ਤੁਹਾਨੂੰ ਕਈ ਲੋਕਾਂ ਨੂੰ ਮੈਂ ਦੱਸਦਾ ਹੁੰਦਾ ਜਦੋਂ ਕਿਹੜੇ ਵੀ ਕੋਈ ਮਿਲਦੇ ਕੋਈ ਆਪਣਾ ਖਾਸ ਹੋਵੇ ਆਪਾਂ ਗੱਲਾਂ ਕਰਦੀ ਹਾਂ ਮੁਰਸ਼ਦ ਜਦੋਂ ਗੱਲ ਛੇੜਦੇ ਆਪਾਂ ਉਹਨੂੰ ਦੱਸਦੇ ਉਹਨੇ ਜ਼ਰੂਰ ਇੱਕ ਗੱਲ ਮੈਂ ਦੇਣਾ ਉਹਨੂੰ ਕਿ ਮੁਰਸ਼ਦ ਜਿਹੜੇ ਘਰ ਆ ਉਹ ਕਦੀ ਤੁਹਾਨੂੰ ਕੁਤਲੀਨੇ 'ਚ ਨਹੀਂ ਮਿਲਣਾ ਨਹੀਂ ਮਿਲਣਾ ਮੇਰਾ ਵਾਅਦਾ ਰਿਹਾ ਆਪਾਂ ਮੈਂ ਜਿੱਥੇ ਤੁਸੀਂ ਕਹਿੰਦੇ ਹਾਂ ਨਾ ਸਾਡੇ ਇੱਥੇ ਵੀ ਹਾਂ ਵੀ ਇੱਥੇ ਹੈਗੇ ਘਰ ਵੱਡੇ ਪਰ ਨਹੀਂ ਜਿਹੜੀ ਸਹੂਲਤਾਂ ਘਰਾਂ 'ਚ ਮਿਲਣੀਆਂ ਇੱਕ ਘਰ ਏਡੇ ਏਡੇ ਆ ਜਿੰਨੀ ਤੁਹਾਡੀ ਇੱਕ ਮੰਜ਼ਿਲ ਹੈ ਨਾ ਦੋ ਮੰਜ਼ਿਲ ਇੱਕ ਮੰਜ਼ਿਲ ਇੱਥੇ ਘਰ ਵਾਓ ਆਹ ਦੇਖ ਲਓ ਇੱਥੇ ਕੋਈ ਮੈਂ ਤਾਂ ਲੋਹਰ ਦੇ ਵਿੱਚ ਆਦੇ ਆ ਮੇਰੇ ਪਿੱਛੇ ਇੱਕ ਮੰਜ਼ਿਲ ਆ ਇਹ ਇੱਦਾਂ ਦੇ ਹੋਣੇ ਇੱਥੇ ਪਿੰਡ ਵਾ ਅਤੇ ਵੱਧ ਤੋਂ ਵੱਧ ਦੋ ਮੰਜ਼ਿਲ ਹੋਣਾ ਅਤੇ ਦੋ ਮੰਜ਼ਿਲ ਹੀ ਹੈਗਾ ਬਿਲਡਿੰਗ 'ਚ ਸਿਰਫ ਦੋ ਘਰ ਹੋਣਗੇ ਵੱਧ ਤੋਂ ਵੱਧ ਤਿੰਨ ਹੋਣਗੇ ਅਤੇ ਜਿਹੜੀ ਹਾਂ ਵੱਡੀਆਂ ਬਿਲਡਿੰਗਾਂ ਹੈਗੀਆਂ ਸਿਰਫ ਗਿਣਤੀ ਦੀਆਂ ਤਿੰਨ ਚਾਰ ਆ ਪੂਰੇ ਪਿੰਡ ਦੇ ਵਿੱਚ ਇਹ ਪਿੰਡ ਦੀ ਇੱਕ ਤਰ੍ਹਾਂ ਦਾ ਸ਼ਹਿਰ ਆ ਅਤੇ ਇੱਥੇ ਬਹੁਤ ਆਪਣੇ ਇੰਡੀਅਨ ਵੀਰ ਆਪਣੇ ਬਹੁਤ ਫੈਮਲੀਆਂ ਇੱਥੇ ਆਈਆਂ ਇੱਥੋਂ ਬਹੁਤ ਫੈਮਲੀਆਂ ਬਹੁਤ ਜਗ੍ਹਾ 'ਤੇ ਕੈਨੇਡਾ ਅਮਰੀਕਾ ਇੱਥੇ ਬਣੇ ਆ ਅਤੇ ਜਦੋਂ ਵੀ ਇੱਥੇ ਕੋਈ ਆਹ ਵੀ ਨਵੀਂ ਖੁੱਲ੍ਹ ਗਈ ਹੈ ਬਹੁਤ ਚੱਲਦੀ ਹੈ ਆਹੋ ਸੋਫਿਆਂ ਵਾਲੀ ਦੁਕਾਨ ਸੀ ਪਹਿਲਾਂ
ਵਧੀਆ ਸਹੀ ਬਹੁਤ ਕੁਝ ਚੇਂਜ ਹੋ ਜਾਣਾ ਗੱਲਾਂ ਕਰਨ ਵਾਲੀਆਂ ਬਹੁਤ ਆ ਅੱਜ ਆਹ ਵੀਡੀਓ 'ਚ ਨਹੀਂ ਕਰਨੀ ਅੱਜ ਵੀਡੀਓ 'ਚ ਤੁਹਾਨੂੰ ਮਾੜਾ ਮੋਟਾ ਦਿਖਾਈਏ ਵੈਸੇ ਵਧੀਆ ਰਹਿ ਗਿਆ ਤੁਰ ਕੇ ਜਾਣਦੇ ਕੱਲੀ ਗੱਲਾਂ ਚੇਤੇ ਕਰਦੇ ਇੱਥੇ ਦੋਨੋਂ ਕਹਿਣਾ ਤੂੰ ਆ ਜਾ ਮੈਂ ਤਾਂ ਆਪ ਨਹੀਂ ਤੁਰ ਕੇ ਹੁਣ ਨਿਕਲਦਾ ਦਿਲ ਮੈਂ ਇੱਥੇ ਰਹਿੰਦਾ ਅਤੇ ਮੈਂ ਹੁਣ ਤੁਰ ਕੇ ਨਹੀਂ ਨਿਕਲਦਾ ਕਦੇ ਮੈਨੂੰ ਤੁਰ ਕੇ ਜਾਣਾ ਚਾਹੀਦਾ ਦਿਲ ਇੰਨੀ ਦੂਰੋਂ ਆਹ ਚੀਜ਼ ਚੇਤੇ ਕਰਨਾ ਯਾਰ ਬਹੁਤ ਟਾਈਮ ਹੋ ਗਿਆ ਸੀ ਮੈਂ ਕਿਹਾ ਨਾਲੇ ਲੋਕਾਂ ਨੇ ਕਹਿਣਾ ਕਈ ਮੁਰਸ਼ਿਆ ਕਰਦੇ ਰਹਿੰਦੇ ਮੁਰਸ਼ਿਆ ਵਾਲੇ ਪਰ ਕੀ ਦਿਖਾ ਦੇਈਏ ਮੁਰਸ਼ਿਆ ਹੈ ਕੀ ਆ ਤਾਂ ਉਹਨਾਂ ਦਾ ਹੈ ਨਾ ਦਾ ਦਿਲ ਆ ਘਰ ਅਤੇ ਹੁਣ ਤਾਂ ਹਨੇਰਾ ਹੋ ਚੁੱਕਿਆ ਹੁਣ ਤਾਂ ਹੈ ਨਾ ਦਿਲ ਐਡਾ ਵੱਡਾ ਘਰ ਵਾ ਦਿਖਾ ਕਿੱਡੇ ਕਿਹਦੀ ਗੱਲ ਕਰਦੀ ਹਨੇਰੇ 'ਚ ਹੁਣ ਤੁਹਾਨੂੰ ਕਹਿੰਦਾ ਹਨੇਰਾ ਹੋਣਾ ਆ ਅਤੇ ਲਾਈਟ ਵੀ ਘੱਟ ਆ ਬਾਕੀ ਮੈਂ ਹੁਣ ਮੇਲੇ 'ਤੇ ਚੱਲੇ ਮੇਲੇ ਤੱਕ ਤੁਰ ਕੇ ਜਾਵਾਂਗੇ ਜਿਹਨੂੰ ਬੰਦੇ ਨੂੰ ਮਿਲੇ ਜਿਹੜੀ ਜਗ੍ਹਾ ਤੁਹਾਡੇ ਨਾਲ ਸ਼ੇਅਰ ਕਰਦੇ ਜਾਵਾਂਗੇ ਨਾਲ ਮੈਮਰੀਸ ਯੂਨੋ ਅੱਜ ਤਾਂ ਮੈਂਬਰੀਸ ਹੋਣੀ ਆ ਕੱਲ੍ਹ ਵੀ ਮੈਂਬਰੀਸ ਫਿਰ ਸ਼ੁਰੂ ਹੋਊਗਾ ਟੂਰ ਖਿੱਚਣਾ ਮੈਂ ਨਾ ਸੁਣਾਉਣ ਲੱਗਾ ਵੀਰੇ ਨਾ ਸੁਣ ਲਓ ਚੱਜ ਨਾਲ ਲਾ ਮੰਗਾ ਲੋ ਸਲਕਾ ਫਿਰ ਰਸਨਾ ਰਿੰਖੋ ਈ ਕਰਤਾ ਕਿ ਨਾ ਤੋਰੇ ਵੀ ਖਾਲੀ ਕਾਂਤੇ ਬੈਣੀ ਦੋਰਮ ਇਹ ਜੋ ਤੋਰੇ ਪਚੀਕੋ ਤੋਰੇ ਪਚੀਕੋ ਉਹ ਯਾਰ ਦਾ ਮਨ ਉੱਥੇ ਚੱਲੀਏ ਜਿੱਥੇ ਇੱਕ ਵਾਰੀ ਗਿਆ ਸੀ ਮਿੱਕੀ ਮਾਊਸ ਆ ਉਹ ਤੂੰ ਤੇ ਮੈਂ ਤੇ ਪਿੰਡਾ ਗਿਆ ਸੀ ਮਿੱਕੀ ਮਾਊਸ ਜਿੱਥੇ ਯਾਰ ਉਹ ਕਾਤਾ ਖਿਨਰੇ ਐਂਡ ਐਂਡ ਤੇ ਪਾਣੀ ਜਿਹੜਾ ਡਰ ਲੱਗੇ ਭੂਤ ਵਾਲਾ ਸੀ ਉਹ ਤੋਪਾਈਆਂ ਸੀ ਆਹੋ ਪੁਰਾਣੀ ਇੰਸਟਾਗ੍ਰਾਮ ਜਿਹੜੀ ਹੈਗੀ ਆ ਤੂੰ ਦੇਖੋਗੇ ਨਾ ਮੈਨੂੰ 13 ਦੇ ਓਲ ਵਾਲੀ ਹੈਗੀ ਇੱਕ ਹੋਰ ਜੱਟ ਹੋਣੀ ਉੱਥੇ ਹਲੇ ਵੀ ਸਟੋਰੀਆਂ ਪਈਆਂ ਹੋਈਆਂ ਕਿਹੜੀ ਗੱਲ ਕਰ ਰਹੇ ਆ ਤੁਸੀਂ ਜਾ ਕੇ ਦੇਖੋ ਤੁਸੀਂ ਉੱਥੇ ਬਹੁਤ ਘੈਂਟ ਸੀ ਯਾਰ ਜਗ੍ਹਾ ਉਹ ਡਰ ਵੀ ਲੱਗੇ ਤੇ ਅੰਦਰ ਵੜੀਏ ਵੀ ਪਰ ਜਦੋਂ ਹਨਾ ਉਹ ਗਲੀ ਚ ਨਿਕਲ ਕੇ ਨਿਕਲੇ ਭਾਈ ਵੀ ਬਣੇ ਚਲੋ ਯਾਰ ਆਹ ਕੋਲ ਖੜਾ ਆਹ ਕੋਲ ਖੜਾ ਬਹੁਤ ਡਰ ਲੱਗਾ ਬਾਕੀ ਵਿਊ ਬਹੁਤ ਘੈਂਟ ਸੀ ਉੱਥੇ ਦਾ ਆਹ ਹੈਗਾ ਝੰਡਿਆ ਵਾਲਾ ਚੌਂਕ ਵੀਰੇ ਉਹ ਝੰਡਿਆ ਵਾਲੇ ਚੌਂਕ ਦੇ ਕੋਲ ਆ ਜਾ ਝੰਡਿਆ ਵਾਲੇ ਚੌਂਕ ਕੋਲ ਖੜ ਜਾ ਇੱਥੇ ਗੱਲਾਂ ਕਰਦੇ ਰਹੇ ਇੱਥੇ ਨਾਲੀ ਪਾਰਕਿੰਗ ਇੱਥੇ ਨਾਲੀ ਗਰਾਊਂਡ ਆ ਬਾਕੀ ਜਿਹੜੀ ਤੋਰੀ ਪਜੀਕਰ ਨੇ ਮੁਰਸ਼ਾ ਸੋਰੀ ਤੋਰੀ ਪਜੀਕਰ ਜਿਹੜੀ ਮੇਨ ਮੇਨ ਗੱਲ ਦਿਖਾ ਰਿਹਾ ਤੁਹਾਨੂੰ ਮੈਂ ਔਰ ਜਿਹੜੀ ਮੇਰੇ ਸਾਹਮਣੇ ਆ ਰਹੀ ਹੈ ਤੁਹਾਨੂੰ ਦਿਖਾਈ ਜਾਊਂਗਾ ਨਾਲ ਨਾਲ ਮੈਂ ਨਹੀਂ ਇੱਥੇ ਆਗਵਾਦੋਰੀ ਨੇ ਇੱਕ ਨੇ ਖੋਲ੍ਹੀ ਇਹਦੇ ਨਾਲ ਇੱਥੇ ਕਬਾਬ ਹੁੰਦਾ ਸੀ ਦੇਖੇ ਇੱਕ ਵਾਰੀ ਜਿਹੜਾ ਇੱਥੇ ਵੀਡੀਓ ਬਣਾਉਂਦੇ ਸੀ ਇੰਡੀਅਨ ਖਾਣਾ ਵੀ ਮਿਲਦਾ ਸੀ ਇੱਥੋਂ ਅੱਛਾ ਨਹੀਂ ਸਮੋਸੇ ਜਾਂ ਇੱਦਾਂ ਕੁਛ ਅੱਛਾ ਜੀ ਵੀਡੀਓ ਬਣਾਉਂਦੇ ਸੀ ਆਪਾਂ ਮੈਂ ਰਵੀ ਕੀਰਤ ਸੁੱਖਾ ਬੜੇ ਸੀ ਮੈਂ ਫਿਰ ਸਟੋਰੀ ਬਣਾਉਂਦਾ ਸੀ ਹਾਂਜੀ ਦੋਸਤੋ ਚੱਲੇ ਆ ਮੈਂ ਕੱਟਤੀਆਂ ਯਾਰ ਮੈਂ ਉਹ ਪਤਾ ਨਹੀਂ ਦਿਮਾਗ ਖਰਾਬ ਹੈ ਉਸ ਨਾਲ ਮੈਂ ਸੋਚ ਲਿਆ ਸੀ ਮੈਂ ਬਲੋਗਿੰਗ ਕਰਨੀ ਸ਼ੁਰੂ ਕਰਨੀ ਆ 2013-14 ਦੀ ਗੱਲ ਆ ਇਹ 14 ਦੀ ਗੱਲ ਆ ਸੀ ਅਸੀਂ ਇਕੱਠੇ ਹੋ ਕੇ ਪਚੀਕੋ ਦੇ ਜਿਹੜੇ ਜਿੰਨੇ ਵੀ ਬੰਦੇ ਸੀ ਮੈਂ ਹੁੰਦਾ ਸੀ ਕੈਮਰਾਮੈਨ ਸਾਰਾ ਕੁਛ ਮੈਨੂੰ ਜਨੂਨ ਹੁੰਦਾ ਸੀ ਅਸੀਂ ਦੂਜਾ ਕਰਦੇ ਹੁੰਦੇ ਸੀ ਇੱਦਾਂ ਸਟੋਰੀ ਉਹ ਰਵੀ ਤੂੰ ਇੱਧਰ ਨੂੰ ਆ ਜਾ ਰਵੀ ਤੇਰੇ ਪੈਸੇ ਰੱਖ ਲਏ ਨੇ ਇੱਦਾਂ ਗੱਲ ਆ ਹੁਣ ਅਗਲੇ ਦਿਨ ਕੀ ਹੋਊਗਾ ਮੈਂ ਬੜੀਆਂ ਸਟੋਰੀਆਂ ਦਾ ਸੋਚਦਾ ਰਹਿੰਦਾ ਸੀ ਫਿਰ ਉਹ ਟਾਈਮ ਬੀਤਦਾ ਗਿਆ ਬੀਤਦਾ ਰਿਹਾ ਫਿਰ ਹੌਲੀ ਹੌਲੀ ਕੰਮ ਕਰਨ ਲੱਗ ਪਏ ਤਕੜੇ ਅਤੇ ਕੈਮਰੇ ਆ ਗਏ ਹੁਣ ਬਲੋਗਿੰਗ ਸ਼ੁਰੂ ਕਰ ਰਹੇ ਹਾਂ ਕਰ ਲਈਆਂ ਇੱਦਾਂ ਚੀਜ਼ਾਂ ਕਰਕੇ ਅਤੇ ਪਹਿਲਾਂ ਸਟਾਰਟਿੰਗ ਮੇਰਾ ਫੋਨ ਸੀ ਆਪਣੇ ਕੋਲ ਸੈਮਸੰਗ ਦੇ ਹੁੰਦੇ ਸੀ ਸਾਡੇ ਕੋਲ ਇੱਕੋ ਐਪ ਹੁੰਦੀ ਉੱਥੇ ਐਡਿਟ ਕਰੀ ਜਾਣਾ ਫੁੱਲ ਬੂਟੇ ਸਿੱਟੀ ਜਾਣੇ ਵੀਵਾ ਵੀਡੀਓ ਹਾਂ ਵੀਵਾ ਵੀਡੀਓ ਯੂਜ਼ ਕਰਨਾ ਸੀ ਉਹ ਰਾਤ ਦਿਨ ਮੈਂ ਕਰੀ ਜਾਣਾ ਬਾਕੀ ਨੇ ਸੌ ਜਾਣਾ ਅਤੇ ਮੈਨੂੰ ਸਾਰਾ ਹੁੰਦਾ ਸੀ ਮੈਨੂੰ ਸ਼ੌਂਕ ਹੁੰਦਾ ਸੀ ਐਡਿਟ ਕਰਨ ਦਾ ਇਹ ਵੀਡੀਓ ਕਰਨ ਦਾ ਅਤੇ ਉਹੀ ਬਸ ਹੀ ਕਰਦੇ ਰਹਿੰਦੇ ਸੀ ਅਸੀਂ ਬੜਾ ਫਨ ਕੀਤਾ ਯਾਰ ਸੈਂਟਰ ਵੱਲ ਦੀ ਹੋਈ ਹੈ ਸੈਂਟਰ ਵੱਲ ਜ਼ਿਆਦਾ ਫਨ ਹੋਣਾ ਆ ਗਈ ਸੀ ਬਣਿਆ ਉਸ ਤੋਂ ਪਹਿਲਾਂ ਤਾਂ ਬਣਿਆ ਇੱਥੇ ਅੱਗੇ ਮੇਲਾ ਲੱਗਾ ਆ ਮੈਂ ਜਦੋਂ ਅਸੀਂ ਜਦ ਇੱਥੇ ਅਸੀਂ ਹੁੰਦੇ ਸੀ ਉੱਥੇ ਉਸ ਤਰ੍ਹਾਂ ਬਹੁਤ ਖਾਲੀ ਜਗ੍ਹਾ ਹੁੰਦੀ ਸੀ ਹਨਾ ਖੇਤ ਜਿਹਾ ਹੁੰਦਾ ਸੀ ਇੱਥੇ ਬਹੁਤ ਜ਼ਿਆਦਾ ਪਚੀਕੋ ਪੈਟਰੋਲ ਪੰਪ ਬਣ ਚੁੱਕੇ ਮੇਰੇ ਸਾਨੂੰ ਆਉਂਦੇ ਹੋਏ 4-5 ਦੇਖ ਲਿਆ ਮੈਂ ਬਹੁਤ ਨਵੀਂ ਚੀਜ਼ਾਂ ਹੁਣ ਹੋਣ ਲੱਗ ਪਈਆਂ ਜਿੱਥੇ ਖਾਲੀ ਜਗ੍ਹਾ ਹੁੰਦੀ ਸੀ ਕਿਉਂਕਿ ਪਬਲਿਸਿਟੀ ਵਧੀ ਜਾਂਦੀ ਇੱਥੇ ਮਤਲਬ ਕਿ ਇੰਨੀ ਪਬਲਿਸਿਟੀ ਨਹੀਂ ਹੁੰਦੀ ਸੀ ਹੁਣ ਫੈਮਲੀ ਆਈਆਂ ਹੋਰ ਵੀ ਤਰਾਂਖੇਰ ਜਿਹੜੇ ਵੀਰ ਆਪਣੇ ਹਾਂ ਪਬਲਿਸਿਟੀ ਨਹੀਂ ਪਬਲੇਸ਼ਨ ਕੀ ਕਹਿਣਾ ਸੀ ਫਿਰ ਪਬਲੇਸ਼ਨ ਵਧੀ ਜਾਂਦੀ ਆ ਪਾਪੂਲੇਸ਼ਨ ਵਧੀ ਲੋਕੀ ਵਧੀ ਜਾਂਦੇ ਵੀਰੇ ਉਹ ਇਹ ਚੱਕਰ ਆ ਅਤੇ ਇੱਥੇ ਜਿੰਮ ਆ ਪਿੱਛੇ ਜਿੰਮ ਜੁੰਮ ਵੀ ਜਾਂਦੇ ਰਹੇ ਐਡਮਿਸ਼ਨ ਦੇਖ ਕੇ ਜਾਣਾ ਮੈਂ ਕਿਹੜਾ ਪਿੰਦਰ ਕਹਿਣਾ ਮੇਰੇ ਨਾਲ ਹੀ ਆ ਐਂਟਰੀ ਦੇ ਦੇਣੀ ਨਾਲ ਹੀ ਦੇਖਿਆ ਆਹੋ ਉਹੀ ਉੱਧਰ ਚੱਲ ਜਾਂਦੀ ਸਾਰੇ ਪਰ ਉੱਥੇ ਕਿੱਥੇ ਇੱਦਾਂ ਕੋਈ ਨਾਲ ਜਾਣ ਦਿੰਦਾ ਜਿੰਮ ਲਾਈ ਜਾਣੀ ਬਈ ਭਾਰ ਚੱਕੀ ਜਾਣਾ ਅਤੇ ਲੋਕੀ ਮੇਰੇ ਵੱਲ ਦੇਖਦੇ ਪਏ ਆ ਜਿਹੜੇ ਇੱਥੇ ਦੇ ਆ ਕੀ ਹਾਂ ਵੀ ਕੀ ਕਰਦਾ ਪਿਆ ਵੀਡੀਓ 'ਤੇ ਬਟ ਇੱਥੇ ਫੇਸ ਤਾਂ ਬਹੁਤ ਵੱਡਾ ਲੱਗਾ ਇੱਥੇ ਹਮੇਸ਼ਾ ਬਹੁਤ ਵਧੀਆ ਹੁੰਦਾ ਯਾਰ ਫੇਸ ਤਾਂ ਪਰ ਚੜ੍ਹਨਾ ਨਹੀਂ ਅੱਜ ਕਿਤੇ ਦੇ ਥੱਕ ਬਹੁਤ ਹੋਇਆ ਯਾਰ ਕੱਲ੍ਹ ਨੂੰ ਦੇਖਾਂਗੇ ਟਾਈਮ ਨਾ ਜੇ ਫ੍ਰੀ ਹੋ ਗਏ
वापस हम आ चुके हैं, बच चुके, एक बच चुके, पूरा फन किया सारे भरा नाल, इंजॉय किया। फोन मेरा गवाच गया, फिर मिल गया गाने ने, उन्होंने कल यार बोतल देनी एक बोतल पार्टी देनी, बोतल मैं कढ़ा के देनी यार। मेरा फोन अच्छ फिर गवाच गया, मैं चुकया मेरे, मतलब तू तो समझ आ रही जो फोन गवाद की होंगे आ, कल मैं फोन घर रखे होना यार, बैग चार चेता ही भुल गया यार चक्कर का। आहो नहीं तो ब्लॉग जवाब नहीं दिंदा यार, जवाब कमेंट आने के प्रभ का यार, जवाब देना कमेंट ठीक है, तुम कि ब्लॉग लगते हैं। तो ना मिलते नैक्सट वीडियो, जो वीडियो वजी लगी लाइक शेयर कमेंट कर दियो, सबसक्राइब कर दियो। तो जल्द पर मुर्शे वाली सीरीज अपनी चलती पई है, रोज़ डे एक दिन ब्लॉग आई जाऊगा। मिलते हैं नैक्सट वीडियो।